पहाड़ी ने ना मारेगा, जो बच्चा पहाड़ी ने मारेगा रात को उसका प्यो सिरों गंजा हो जाएगा। सारे बच्चे मारो ताड़ी सोर दे जरा।
ਜੀ ਤੂੰ ਇਹਨਾਂ ਨਾਲੋਂ ਬਿਮਾਰ ਹੈ ਜਲਦੀ ਮਦਾਰੀ ਨੂੰ ਕੋਲ ਜਾਣਾ ਆਪਾਂ ਤਾੜੀ ਦੇ ਮਾਰੋ ਜਵਾਨ ਜਿਹਾ ਬੰਦਾ ਉਹਨੇ ਆਪਣੇ ਜਿਸਮ ਦੀ ਗੰਢ ਬੰਨ ਕੇ ਕੱਪੜੇ ਤੇ ਰੱਖ ਦਿੱਤੀ ਹੈ ਐਟਮ ਇੱਕ ਸਕਿੰਟ ਦੀ ਹੁੰਦੀ ਹੈ ਲੇਕਿਨ ਉੱਤੇ ਮਿਹਨਤ ਕਰਦੇ ਬੜਾ ਟਾਈਮ ਲੱਗ ਜਾਂਦਾ ਚੰਗਾ
अब देख कस्टमर आए खड़े तुम पास चलो आओ सामने चली इधर सामने चली इधर चल सामने हो के बैठ कई बंदे कह रहे ने कि भाई लूटा अपने हाथों ने चला रहे ठीक है ए भी तो हूं मैं शक कटन लगन लाला जी ये लूटा पे इस बंदे दी नजरों के सामने ये सेह झुक के बैठ ए लूटा तुम्हारी नजरों के सामने मैं रखे ठीक है ये बहू जी बंदे का मैं कन्न उठ मरोड़ांगा कन्न मैं उठो इस बंदे का मरोड़ांगा लूटा पानी इतो देगा बदारी पक्की है कच्ची फिर मैं कब्रस्तान च आया हुआ यार बोलो तो सही मदारी पक्की के कच्ची यार पक्की तो जी इस बंदे का कन्न उतो मुड़ेगा लोटा पानी इतो देगा इस मुंडे ते मैं जादू भी मारांगा इहदे ढिड विचों दो देसी मुर्गी दे अंडे निकलणगे ते तीन बच्चे कुत्ती दे भी निकलणगे ठीक है यार वो एटम है मेरी बाऊ जी एटम मदारी है वो भी मेरे हाथ की सफाई होगी पहले हूं मैं तुम्हें थोड़ी जी मदारी विखावा किसी बंद को लैट या मज सैद के सीटो फिर वापस मिल जाएगी किसी भी बंद को लैद के सीटो उधर ताड़ी मारो पिछे उधर सोड़ ਬੰਦਾ ਕਰਦਾ
35 ਤੋਂ 45 40 ਸਾਲ ਦੀ ਉਮਰ ਦਾ ਜਵਾਨ ਜੇ ਬੰਦਾ ਕਰਦਾ ਮੈਂ 10 ਸਾਲਾਂ ਦੇ ਬੱਚੇ ਨੂੰ ਟ੍ਰੇਨ ਕਰਾਈ ਅਗਰ ਜੇ ਇਲਾ ਰਿਹਾ ਮੈਂ ਕਦੀ ਇੱਥੇ ਪੈਰ ਰੱਖ ਕੇ ਕਦੀ ਖੜਾ ਹੋ ਜਾਵਾਂ ਨਾ ਇਹ ਪਰਿੰਜੀਆਂ ਖਿੱਲ ਇਹ ਬੱਚੇ ਦੀਆਂ ਪਸਲੀਆਂ ਤੋੜ ਕੇ ਵੀ ਪਸਲੀਆਂ 'ਚ ਜਾ ਸਕਦੇ ਨੇ ਪੈਸੇ ਦੇਣਾ ਜਾਂ ਨਾ ਦੇਣਾ ਮੈਂ ਕਿਹਾ ਕਿ ਪੈਸੇ ਦੇਣਾ ਜਾਂ ਨਾ ਦੇਣਾ ਤੁਹਾਡੇ ਆਪਣੇ ਦਿਲ ਦੀ ਮਰਜ਼ੀ ਹੈ ਲੇਕਿਨ ਅੱਲਾ ਨੂੰ ਮੰਨ ਕੇ 10 ਮਿੰਟ ਵਾਸਤੇ ਮੁਸਲਮਾਨ ਬੰਦੇ ਨੇ ਜਾਣਾ ਨਹੀਂ ਹੈ ਮੈਂ ਅੱਲਾ ਦਾ ਵਾਸਤਾ ਉਸ ਬੰਦੇ ਨੂੰ ਪਾਇਆ ਕਿ ਜਿਹੜਾ ਮੁਸਲਮਾਨ ਹੋਏਗਾ 10 ਮਿੰਟ ਵਾਸਤੇ ਜਾਏਗਾ ਨੇ ਅਗਰ ਜੇ ਬਾਬੂ ਜੀ ਮੈਂ ਇੱਥੇ ਪੈਰ ਰੱਖ ਕੇ ਖੜਾ ਹੋ ਜਾਵਾਂ ਇਹ ਪਰਿੰਜੀਆਂ ਕਿੱਲ ਇਹ ਬੱਚੇ ਦੀਆਂ ਪਸਲੀਆਂ ਤੋੜ ਕੇ ਵੀ ਪਸਲੀਆਂ 'ਚ ਜਾ ਸਕਦੇ ਨੇ ਕੀ ਹੋ ਗਈ ਇਸ ਬੱਚੇ ਦੀ ਮੌਤ ਇਹਦੀ ਮੌਤ ਜੈਸੀ ਐਟਮ ਵੇਖ ਕੇ ਜਿਹੜਾ ਜਵਾਨ ਕਹੇਗਾ ਤੂੰ ਸ਼ਾਹਕੁੱਟੋ ਚੱਲ ਕੇ ਮਦਾਰੀ ਸਾਡੇ ਕਦਮਾਂ 'ਚ ਆਇਆ ਸ਼ਾਹਕੁੱਟੋ ਇਹ 100 ਪੰਜਾਂ ਤੇਰੀ ਮਿਹਨਤ ਦਾ ਹੱਕ ਤੈਨੂੰ ਅਸੀਂ ਦਿੰਦੇ ਹਾਂ ਤੇ 100 ਪੰਜਾਂ ਪੁੱਤਰੇ ਤੈਨੂੰ ਕੌਣ ਦੇਗਾ ਇਹ ਜਿਹਨੇ ਮੇਰੇ ਅੱਲਾ ਨੇ ਦਿੱਤਾ ਤੇ ਮੇਰੇ ਅੱਲਾ ਨੇ ਹਰ ਬੰਦੇ